ਇਹ ਜਿਹੜੇ ਸਿੱਖ ਹੈ ਇਹ ਕਦੇ ਜਬਰ ਨੂੰ ਭੁੱਲਦੇ ਨਹੀਂ ਹੈ। ਅੱਜ ਵੀ ਹੋ ਜੇ, ਕੱਲ੍ਹ ਨੂੰ ਵੀ ਹੋ ਜੇ, ਸਿੱਖ ਇੱਕ ਸਟੇਟਲੈਸ ਕੌਮ ਹੈ। ਸਟੇਟਲੈਸ ਦਾ ਮਤਲਬ ਹੈ ਇਹਨਾਂ ਦਾ ਮੁਲਕ ਹੈ ਨਹੀਂ ਗਾ ਕੋਈ, ਪਰ ਕੌਮੀਅਤ ਤੌਰ ਦੇ ਉੱਤੇ ਇਹਨਾਂ ਦੀ ਆਵਾਜ਼ ਇੱਕ ਹੁੰਦੀ ਹੈ ਅਤੇ ਇਹਨਾਂ ਦਾ ਦੁਸ਼ਮਣ ਵੀ ਇੱਕ ਹੁੰਦਾ। ਹੁਣ ਜਿਹੜੀ 10 ਸਾਲ ਤੋਂ ਬੀਜੇਪੀ RS ਸਰਕਾਰ ਮੋਦੀ ਦੀ ਚੱਲ ਰਹੀ ਹੈ, ਮੋਦੀ ਸਾਹਿਬ ਨੇ ਆਪ ਕਿਹਾ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਸੀਗੇ ਇੱਥੇ ਇੰਡੀਆ 'ਚ ਗੱਲਬਾਤ ਕਰਕੇ, ਜਦੋਂ ਉਹਨਾਂ ਦੇ ਪਿੱਛੇ ਪੁਲਿਸ ਜਾਂਦੀ ਸੀ ਉਹ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਸੀ। ਫਿਰ ਸਾਡੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਜਿੱਥੇ ਉਹ ਸਿੱਖ ਜਾ ਕੇ ਪਨਾਹ ਅਤੇ ਸ਼ਰਨ ਲੈਂਦੇ ਸੀ, ਸਾਡੀਆਂ ਸਰਕਾਰਾਂ ਉਹਨਾਂ ਨੂੰ ਸਰਕਾਰਾਂ ਨੂੰ ਚਿੱਠੀਆਂ ਪਾਉਂਦੀ ਸੀ, ਡੋਜ਼ੀਅਰਸ ਭੇਜਦੀ ਸੀ ਕਿ ਇਹ ਸਿੱਖ ਦੇ ਖਿਲਾਫ ਇਹ ਜੁਰਮ ਹੈ। ਕਹਿੰਦਾ ਸਾਡਾ BJP ਅਤੇ RSS ਦੇ ਆਉਣ ਨਾਲ ਇਹ ਸਿਲਸਿਲਾ ਹੁਣ ਖਤਮ ਹੋ ਗਿਆ, ਹੁਣ ਨਹੀਂ ਅਸੀਂ ਕਿਸੇ ਮੁਲਕ ਨੂੰ ਚਿੱਠੀ ਪੱਤਰ ਲਿਖਦੇ। ਇਲੈਕਸ਼ਨਾਂ ਤੋਂ ਬਾਅਦ ਮੋਦੀ ਕਹਿੰਦਾ ਜੇ ਅਸੀਂ ਜਿੱਤ ਗਏ ਇਸ ਦਾ ਨਾਂ ਇੰਡੀਆ ਹਟਾ ਕੇ ਭਾਰਤ ਰੱਖਿਆ ਜਾਊਗਾ। ਇਹ ਕਤਲ ਕਿੰਨੇ ਕਰਾਏ ਹੈ ਮੋਦੀ ਨੇ, ਪ੍ਰਾਈਮ ਮਿਨਿਸਟਰ, ਉਹਦੇ ਗ੍ਰਹਿ ਵਜ਼ੀਰ ਅਮਿਤ ਸ਼ਾਹ। ਮੈਂ ਸਿੱਖਾਂ ਦੀ ਗੱਲ ਤਾਂ ਕਰਦਾ ਕਿਉਂ ਕਰਕੇ ਸਿੱਖਾਂ ਦੀ ਗੱਲ ਕੋਈ ਸਿੱਖ ਲੀਡਰ ਕਰਦਾ ਨਹੀਂ। ਜੇ ਸਿੱਖਾਂ ਦੀ ਗੱਲ ਕਰਦਾ ਇਹਦਾ ਮਤਲਬ ਮੈਂ ਹਿੰਦੂ, ਮੁਸਲਮਾਨ, ਇਸਾਈ, ਉਹਨਾਂ ਦੇ ਖਿਲਾਫ ਹੈ, ਇਹੋ ਜਿਹੀ ਗੱਲ ਨਹੀਂ ਹੈ। ਕਿਉਂ ਕਰਕੇ ਸਿੱਖ ਦਾ ਵਕੀਲ ਹੈ ਨਹੀਂ, ਸਿੱਖ ਦੇ ਨਾਲ ਖੜਨ ਵਾਲਾ ਬੁਲਾਰਾ ਹੈ ਨਹੀਂ। ਇਸ ਕਰਕੇ ਮੈਂ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ। ਬਾਕੀ ਜੇ ਕਿਸੇ ਦੇ ਉੱਤੇ ਵੀ ਜ਼ੁਲਮ ਹੋਵੇ, ਅੱਜ BJP ਅਤੇ RSS ਛੱਤੀਸਗੜ੍ਹ ਦੇ ਵਿੱਚ ਆਦਿਵਾਸੀਆਂ ਨੂੰ ਈਸਾਈ ਕਹਿ ਕੇ ਗੋਲੀ ਨਾਲ ਮਰਵਾ ਰਹੀ ਹੈ। ਮੈਂ ਬਿਆਨ ਦੇ ਰਿਹਾ, ਅੱਜ ਮਣੀਪੁਰ ਦੇ ਵਿੱਚ BJP ਅਤੇ RSS ਦੀ ਸਰਕਾਰ ਮਣੀਪੁਰ ਦੇ ਵਿੱਚ ਈਸਾਈਆਂ ਨੂੰ ਮਾਰ ਰਹੀ ਹੈ। ਮੈਂ ਇਹਦੀ ਗੱਲ ਕਰ ਰਿਹਾ। ਜਿੱਥੇ ਵੀ ਵਿਪਤਾ ਪੈਂਦੀ ਹੈ ਮੈਂ ਗੱਲ ਕਰਦਾ। ਜੇ ਪਿਛਲੇ ਮਹੀਨੇ ਪਾਕਿਸਤਾਨ ਨੇ ਪਸ਼ਾਵਰ ਤੋਂ ਉੱਤੇ ਬਣਿਆ
ਹਿੰਦੂ ਮੰਦਰ ਤੋੜ ਕੇ ਉੱਥੇ ਬਾਜ਼ਾਰ ਬਣਾ ਲਿਆ, ਉਹਦੇ ਬਾਰੇ ਵੀ ਮੈਂ ਬੋਲਿਆ ਅਤੇ ਉਹਦਾ ਵਿਰੋਧ ਕੀਤਾ। ਸੋ ਇਹੋ ਜਿਹੀ ਗੱਲ ਨਾ ਕਰਿਓ ਕਿ ਸਿੱਖ ਦੀ ਗੱਲ ਕਰਦਾ। ਜੇ ਸਿੱਖ ਦੇ ਨਾਲ ਅੱਜ ਤੱਕ 1947 ਤੋਂ ਬਾਅਦ ਕੋਈ ਸਿੱਖ ਲੀਡਰ ਖੜ੍ਹਾ ਤਾਂ ਉੱਠ ਕੇ ਮੈਨੂੰ ਉਹਦਾ ਨਾਂ ਦੱਸ ਦਿਓ, ਸਵਾਏ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ। ਸੋ ਐਸੀ ਜੀ ਗੱਲ ਹੈ, ਇਹ ਇਲੈਕਸ਼ਨ ਹੋ ਰਹੀ ਹੈ, ਜਿਹੜੇ ਸਾਡੇ ਸਿੱਖ ਭਰਾ ਕਦੇ ਇੱਧਰ ਕਦੇ ਉੱਧਰ ਜਾਂਦੇ ਸੀਗੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਹਿੰਦੇ ਸੀ ਤੇਰੇ ਨਾਲ ਸ਼ਹੀਦ ਹੋਵਾਂਗੇ। ਅੱਜ ਉਹ ਬਾਦਲ ਦਲੀਆਂ ਨਾਲ, ਕਾਂਗਰਸ ਨਾਲ, ਬੀਜੇਪੀ ਦੇ ਨਾਲ ਘੁਲ ਮਿਲ ਗਏ ਹੈ। ਉਹ ਹੁਣ ਇਕੱਠੇ ਹੋ ਕੇ ਜਿੱਥੇ ਜਿੱਥੇ ਸਾਡੇ ਨੁਮਾਇੰਦੇ ਖਾਸ ਕਰਕੇ ਫਰੀਦਕੋਟ ਦੇ ਵਿੱਚ ਖੜ੍ਹੇ ਹੈ, ਉੱਥੇ ਰੌਲਾ ਛੌਲਾ ਪਾਉਣਾ ਸ਼ੁਰੂ ਕਰਤਾ। ਮੈਂ ਸਾਰੇ ਸੰਸਾਰ ਨੂੰ ਦੱਸਣਾ ਕਿ ਜੇ ਉਹਨਾਂ ਦੀ ਬਾਜੀ ਚੱਲ ਗਈ ਤਾਂ ਫਿਰ ਤੁਸੀਂ ਸਮਝਿਓ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿ ਫਿਰ ਸਿੱਖਾਂ ਦੀ ਗੱਲ ਕਰਨ ਵਾਲਾ ਰਹੇਗਾ, ਨਹੀਂ ਫਿਰ ਤੁਸੀਂ ਅੱਗੇ ਲੱਗਿਓ। ਜਿਵੇਂ ਤੁਸੀਂ ਸੰਤ ਜਰਨੈਲ ਸਿੰਘ ਨੂੰ ਛੱਡ ਕੇ ਬਾਦਲਾਂ ਨਾਲ ਕਾਂਗਰਸ ਅਤੇ ਬੀਜੇਪੀ RSS ਆਮ ਪਾਰਟੀ ਨਾਲ ਲੱਗ ਗਏ, ਸੋਏ ਗੰਭੀਰ ਸਮਾਂ। ਅਤੇ ਮੈਂ ਅਪੀਲ ਤੁਹਾਨੂੰ ਸਾਰਿਆਂ ਨੂੰ ਕਰਦਾ ਕਿ 1 ਤਰੀਕ ਨੂੰ ਸਾਰੇ ਪੰਜਾਬ ਦੀਆਂ ਸੀਟਾਂ 12 ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਖੜ੍ਹੇ ਹੋ ਰਹੇ ਹੈ। ਚੋਣ ਨਿਸ਼ਾਨ ਬਾਲਟੀ ਹੈ, ਚੰਡੀਗੜ੍ਹ ਜਿਹੜੀ ਆਪਾਂ ਕਹਿੰਦੇ ਹਾਂ ਪੰਜਾਬ ਦੀ ਰਾਜਧਾਨੀ ਹੈ, ਉੱਥੇ ਕਦੇ ਵੀ ਬਾਦਲ ਦਲੀਆਂ ਨੇ ਕੈਂਡੀਡੇਟ ਨਹੀਂ ਸੀ ਖੜ੍ਹਾ ਕੀਤਾ। ਆਪਣੀ ਪਾਰਟੀ ਨੇ ਪਹਿਲੀ ਵਾਰੀ ਲਖਬੀਰ ਸਿੰਘ ਨੂੰ ਖੜ੍ਹਾ ਕੀਤਾ, ਉਹਦਾ ਚੋਣ ਨਿਸ਼ਾਨ ਬਾਲਟੀ ਹੈ। ਕਾਂਗਰਸ ਦਾ ਕੈਂਡੀਡੇਟ ਤਿਵਾੜੀ ਸਾਹਿਬ ਹੈ, ਜਿਹੜਾ ਅਨੰਦਪੁਰ ਸਾਹਿਬ ਤੋਂ MP ਰਿਹਾ, ਉਸ ਨੇ ਬਿਆਨ ਦਿੱਤਾ ਉਲਟ ਪੰਜਾਬ ਦੇ ਕਿ ਚੰਡੀਗੜ੍ਹ ਨੂੰ ਲਹਿਦਾ ਇੱਕ ਸਟੇਟ ਮੁਕਰਰ ਕੀਤਾ ਜਾਵੇ, ਇਹਦੀ ਅਸੈਂਬਲੀ ਬਣਾਈ ਜਾਵੇ, ਇਹਦਾ ਚੀਫ ਮਿਨਿਸਟਰ ਬਣਾਇਆ ਜਾਵੇ। ਸੋ ਇਹੋ ਜਿਹੇ ਬੰਦੇ ਦਾ ਕਾਂਗਰਸ ਪਾਰਟੀ ਦਾ ਮੁਕਾਬਲਾ ਕਰਨਾ ਪਊਗਾ। ਹਰਿਆਣੇ ਦੇ ਵਿੱਚ ਆਪਾਂ ਕਹਿੰਦੇ ਹਾਂ ਪੰਜਾਬੀ ਬੋਲਦੇ ਇਲਾਕੇ ਰਹਿ ਗਏ ਹੈ, ਕਦੇ ਬਾਦਲ ਦਲੀਆਂ ਨੇ ਉੱਥੇ ਆਪਣਾ ਉਮੀਦਵਾਰ ਨਹੀਂ ਖੜ੍ਹਾ ਕੀਤਾ। ਐਤਕੀ ਆਪਣੀ ਪਾਰਟੀ ਨੇ
ਕਰਨਾਲ ਅਤੇ ਕੁਰਕਸ਼ੇਤਰ ਦੇ ਵਿੱਚ ਆਪਣੇ ਪੰਥਕ ਕੈਂਡੀਡੇਟ ਖੜ੍ਹੇ ਕਰ ਦਿੱਤੇ ਹੈ। ਚੋਣ ਨਿਸ਼ਾਨ ਬਾਲਟੀ ਆ ਉੱਥੇ ਵੀ। ਸੋ ਸਾਧ ਸੰਗਤ ਜੀ, ਸਾਡੇ ਵੱਲੋਂ 40 ਸਾਲ ਤੋਂ ਕੋਈ ਕਸਰ ਨਹੀਂ ਰਹੀ ਤੁਹਾਡੀ ਸੇਵਾ ਕਰਨ ਦੀ। ਬਾਕੀ ਹੁਣ ਸਿੱਖ ਕੌਮ ਅਤੇ ਪੰਥ ਦੀ ਤਕਦੀਰ ਤੁਹਾਡੇ ਹੱਥ ਦੇ ਵਿੱਚ ਹੈ, ਇਹ ਤੁਸੀਂ ਫੈਸਲੇ ਕਰਨੇ ਹੈ ਕਿ ਤੁਸੀਂ ਕਾਂਗਰਸ, BJP, ਆਮ ਪਾਰਟੀ ਅਤੇ ਗਰਦਾਰਾਂ ਨੂੰ ਵੋਟਾਂ ਪਾਉਣੀਆਂ ਜਾਂ ਆਪਣੇ ਉਮੀਦਵਾਰਾਂ ਨੂੰ ਪਾਉਣੀਆਂ। ਸੋ ਮੈਂ ਆਸ ਕਰਦਾ ਕਿ ਐਤਕੀ ਵਾਰੀ ਤੁਸੀਂ ਪੰਥ ਦੇ ਉੱਤੇ ਮੋਹਰ ਲਾਓ।